ਆ ਚੂੜੇ ਵਾਲੀ ਦਰਾਣੀ ਜਠਾਣੀ ਨਾਲ ਕੀ ਹੋ ਗਿਆ ਦੇਖੋ। ਸਕੂਟੀ ਤੇ ਸਵਾਰ ਹੋ ਕੇ ਦੋਹੇ ਜਣੀਆਂ ਜਾ ਰਹੀਆਂ ਸੀ ਰਾਹ ਦੇ ਵਿੱਚ, ਮੋਟਰਸਾਈਕਲ ਤੇ ਆਏ ਲੁਟੇਰੇ, ਕੱਦ 6-6 ਫੁੱਟ ਦੇ, ਨਾਲ ਇੱਕ ਮਹਿਲਾ। ਲੁੱਟ ਕੇ ਲੈ ਗਏ ਇਹਨਾਂ ਨੂੰ, ਹਥਿਆਰ ਦੇ ਨਾਲ ਹੱਥ ਤੇ ਵਾਰ ਵੀ ਕੀਤਾ ਅਤੇ ਜਠਾਣੀ ਦੇ ਹੱਥ 'ਚ ਬੱਚਾ ਫੜਿਆ ਸੀ ਉਹਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਬੱਬੋਵਾਲ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਐਕਟਿਵਾ ਤੇ ਸਵਾਰ ਹੋ ਕੇ ਦੋ ਮਹਿਲਾਵਾਂ ਜਾ ਰਹੀਆਂ ਸੀ। ਬਾਈਕ 'ਤੇ ਆਏ ਤਿੰਨ ਲੁਟੇਰੇ, ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲਾ ਵੀ ਸੀ, ਦੋਹਾਂ ਨੂੰ ਰੋਕਿਆ ਅਤੇ ਇਹਨਾਂ ਦੇ ਕੋਲ ਜਿਹੜੇ ਗਹਿਣੇ ਪਾਏ ਹੋਏ ਸੀ ਸਾਰੇ ਲੁੱਟ ਕੇ ਲੈ ਗਏ। ਤੁਹਾਨੂੰ ਦੱਸ ਦਈਏ ਕਿ ਉਹ ਤਾਂ 2 ਸਾਲ ਦਾ ਬੱਚਾ ਜਿਹੜਾ ਹੱਥ 'ਚ ਫੜਿਆ ਸੀ ਉਸਨੂੰ ਵੀ ਖੋਹ ਕੇ ਲੈ ਚੱਲੇ ਸੀ, ਪਰ ਰੌਲਾ ਪਾਉਣ 'ਤੇ ਭੱਜ ਨਿਕਲੇ। ਆਓ ਪੀੜਤਾਂ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਦੇ ਨਾਲ ਕੀ ਕੁਝ ਹੋਇਆ। ਸੁਣੀਏ ਜੀ, ਤੁਸੀਂ ਵੀ ਨਾਲ ਸੀਗੇ ਆਪਣੀ ਜਠਾਣੀ ਨਾਲ? ਹਾਂਜੀ, ਅਸੀਂ ਵੀ ਨਾਲ ਸੀਗੇ। ਕੀ ਹੋਇਆ ਸੀਗਾ, ਕਿਸ ਤਰ੍ਹਾਂ ਹੋਇਆ ਸੀ? ਅਸੀਂ ਉਧਰੋਂ ਆਉਂਦੇ ਪਏ ਸੀਗੇ ਮੈਡੀਸਿਨ ਲੈ ਕੇ, ਤੇ ਉੱਥੇ ਨਾ ਅੱਗੇ ਨਾ ਇਹ ਬਾਈਕ 'ਤੇ ਆਉਂਦੇ ਪਏ ਸੀਗੇ, ਤੇ ਇਹਨਾਂ ਨੇ ਨਾ ਬਾਈਕ ਲਿਆ ਕੇ ਤਾਂ ਸਾਡੀ ਉੱਤੇ ਮਾਰੀ, ਸਕੂਟੀ 'ਤੇ ਮਾਰੀ, ਤਾਂ ਉਹਨਾਂ ਨੇ ਬਾਈਕ ਪਾ ਤੀ ਥੱਲੇ, ਲੰਮੇ ਪਾ ਤੇ, ਤਾਂ ਉਹਨੇ ਨਾ ਪਿੱਛੋਂ ਆ ਕੇ ਨਾ ਅਤੇ ਭਾਬੀ ਦੇ ਡਾਂਟ ਮਾਰਤਾ ਉਹਨਾਂ ਨੇ ਪੁੱਠਾ ਕਰਕੇ, ਤਾਂ ਫਿਰ ਉਹ ਕੀ ਬੋਲਦੇ ਜੋ ਵੀ ਹੈਗਾ ਆ ਖੋਣ ਲੱਗੇ ਸਾਡੇ ਤੋਂ, ਜੋ ਵੀ ਹੈਗਾ ਆ ਤਾਂ ਕੱਢ ਦਿਉ। ਭਾਬੀ ਨੇ ਨਾ ਆਪਣੀਆਂ ਅੰਗੂਠੀਆਂ ਬੋਲਦੇ ਅਸੀਂ ਨਹੀਂ ਦੇਣੀਆਂ ਵੀ, ਤਾਂ ਉਹਨਾਂ ਨੇ ਡਾਂਟ ਮਾਰਤਾ ਉਹਨਾਂ ਦੇ ਹੱਥ 'ਚ, ਅਤੇ ਫਿਰ ਉਹ ਅੰਗੂਠੀਆਂ ਲੈ ਗਏ। ਮੈਂ ਤਾਂ ਪਿੱਛੇ ਹੋ ਗਈ, ਭਾਬੀ ਕਹਿੰਦੇ ਇਹਨਾਂ ਨੂੰ ਨਿਆਣਿਆਂ ਨੂੰ ਕੁਛ ਨਹੀਂ ਕਰਨਾ, ਮੈਂ ਤਾਂ ਪਿੱਛੇ ਹੋ ਗਈ ਹੈਗੀ ਥੋੜ੍ਹੀ। ਹਾਂਜੀ, ਉਹਨੇ ਨਾ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਨਾ ਬੱਚਾ ਮੈਂ ਦੁਪੱਟੇ 'ਚ ਲੁਕਾ ਲਿਆ, ਅਤੇ ਜਿੱਦਾਂ ਮੈਂ ਲੁਕਾਉਣ ਲੱਗੀ ਉਹਨੇ ਮੰਗਲ ਸੂਤਰ ਦੇਖ ਲਿਆ ਮੇਰੇ ਗਲ 'ਚ, ਨਾ ਉਹਨੇ ਨਾ ਗਲ 'ਚ ਮੇਰੇ ਇੱਥੇ ਮੰਗਲ ਸੂਤਰ ਖੋਹ ਲਿਆ, ਫਿਰ ਉਹਨੇ ਜਾਂਦੀ ਵਾਰ ਨਾ ਗੱਲ ਤੋਂ। ਕੀ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕਰਦੇ? ਇਹੀ ਮੰਗ ਕਰਨੇ ਆ ਕਿ ਉਹਨਾਂ ਨੂੰ ਚੋਰਾਂ ਨੂੰ ਫੜੋ ਜਲਦ ਤੋਂ ਜਲਦ। ਭਾਜੀ, ਅਸੀਂ ਨਾ ਸਿਪਰੀਆਂ ਗਏ ਤੇ ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਅੱਡੇ ਤੋਂ, ਅਤੇ ਵਾਪਸ ਆਉਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਸੀਗੀ, ਨਾਲ ਕਾਕਾ ਵੀ ਸੀਗਾ, ਅਤੇ ਆਉਂਦੇ ਆਉਂਦੇ ਪੋਲਟਰੀ ਫਾਰਮ ਦੇ ਲਾਗੇ ਨਾ ਇਸ ਸਾਈਡ ਤੋਂ ਜਾਂਦੇ ਪਏ ਇਹ 3 ਜਣੇ ਤੇ ਮੋਟਰਸਾਈਕਲ 'ਤੇ ਨਾ। ਕੌਣ ਕੌਣ ਸੀ ਮੋਟਰਸਾਈਕਲ? ਇੱਕ ਸਰਦਾਰ ਮੁੰਡਾ ਸੀਗਾ, ਇੱਕ ਲੇਡੀ ਸੀਗੇ, ਇੱਕ ਮੋਨਾ ਸੀਗਾ, ਕਾਫੀ ਲੰਬੇ ਝੰਬੇ, ਮਤਲਬ 6.5 ਫੁੱਟ ਦੇ ਕਰੀਬ ਹੋਣਾ ਬੰਦਾ, ਅਤੇ ਉਹਨਾਂ ਨੇ ਲਿਆ ਕੇ ਨਾ ਮੋਟਰਸਾਈਕਲ ਸਕੂਟੀ 'ਚ ਮਾਰਤਾ, ਅਤੇ ਮੈਂ ਸਕੂਟੀ ਨਾ ਇੱਕ ਸਾਈਡ ਤੋਂ ਕੱਢਣ ਲੱਗੀ ਨਾ, ਉਹਨੇ ਜਿੱਦਾਂ ਹੀ ਡਾਂਟ ਕੱਢ ਕੇ ਨਾ ਮੇਰੀ ਇੱਥੇ ਧੋਣ 'ਤੇ ਮਾਰਿਆ ਪੁੱਠਾ ਕਰਕੇ, ਫਿਰ ਮੇਰੀ ਬਾਂਹ 'ਤੇ ਮਾਰਿਆ, ਫਿਰ ਮੈਂ ਉਹਦਾ ਡਾਂਟ ਫੜ ਲਿਆ ਅੱਗੋਂ, ਅਤੇ ਉਹ ਕਹਿੰਦਾ ਲਾ ਦੇ ਜਿਹੜਾ ਵੀ ਕੁਛ ਵੀ ਹੈ ਤੇਰੇ ਕੋਲ। ਮੈਂ ਇਹਨਾਂ ਦੋਨਾਂ ਨੂੰ, ਕਾਕੇ ਨੂੰ ਅਤੇ ਇਹਨੂੰ ਪਿੱਛੇ ਕੀਤਾ, ਮੈਂ ਕਿਹਾ ਇਹਨਾਂ ਨੂੰ ਹੱਥ ਨਾ ਲਾਈ ਤੂੰ, ਅਤੇ ਉਹ ਕਹਿੰਦਾ ਖੋਲ੍ਹਦੇ, ਉਹਨੇ ਨਾ ਇੱਥੇ ਮਾਰਦੇ ਮੇਰੇ ਹੱਥ 'ਚ ਡਾਂਟ ਮਾਰ ਕੇ ਗੁੱਠੀਆਂ ਲੈ ਗਿਆ ਖੋਲ੍ਹ ਕੇ, ਅਤੇ ਫਿਰ ਮੇਰੀ ਧੋਣ 'ਤੇ ਡਾਂਟ ਰੱਖੇ ਨਾ ਇਸ ਸਾਈਡ ਨੂੰ, ਇਹ ਮੇਰੀ ਦਰਾਣੀ ਖੜੀ ਸੀਗੀ ਇਹਦੇ ਗਲ ਨੂੰ ਹੱਥ ਪਾ ਕੇ ਨਾ ਇਹਦਾ ਮੰਗਲ ਸੂਤਰ ਵੀ ਲੈ ਗਿਆ। ਮੈਂ ਕਾਫੀ ਆਵਾਜ਼ਾਂ ਵੀ ਲਗਾਈਆਂ ਲਾਗੇ ਛਾਗੇ ਕਿੰਨੇ ਜਣੇ ਨਾ, ਕਿਸੇ ਨੇ ਮਤਲਬ ਕੋਈ ਹੈਲਪ ਨਹੀਂ ਕੀਤੀ, ਮੁੰਡੇ ਵੀ ਸੀਗੇ ਸਾਡੇ ਪਿੰਡ ਦੇ ਵੀ ਕਾਫੀ ਸੀਗੇ, ਉਹਨਾਂ ਨੇ ਵਿਚਾਰਿਆਂ ਨੇ ਕਾਫੀ ਕੋਸ਼ਿਸ਼ ਕੀਤੀ ਮਗਰ ਵੀ ਗਏ ਪਰ ਹੱਥ ਨਹੀਂ ਆਏ। ਤੁਹਾਡੇ ਬੱਚੇ, ਤੁਹਾਡਾ ਬੱਚਾ ਵੀ ਸੀਗਾ ਛੋਟਾ? ਹਾਂਜੀ, ਮੇਰਾ 2.5 ਸਾਲ ਦਾ ਬੱਚਾ। ਉਹਨੂੰ ਵੀ ਖੋਹਣ ਦੀ ਕੋਸ਼ਿਸ਼? ਹਾਂਜੀ, ਉਹ ਲੇਡੀ ਨੇ ਮਤਲਬ ਇਹਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਮੇਰੀ ਦਰਾਣੀ ਨੇ ਉਹਨੂੰ ਛੱਡਿਆ, ਉਹਨੂੰ ਲੁਕਾ ਲਿਆ ਚੁੰਨੀ ਵਿੱਚ, ਅਤੇ ਫਿਰ ਇਹਨੂੰ ਵੀ ਥੋੜ੍ਹੇ ਨੋ ਨਾ ਲਾ ਤੇ ਉਹਨਾਂ ਨੇ ਇਹਦਾ ਮੰਗਲ ਸੂਤਰ ਲੈ ਕੇ। ਲਗਭਗ ਤੁਹਾਡਾ ਕਿੰਨਾ ਸਮਾਨ ਸਾਰਾ ਲੈ ਕੇ ਗਿਆ, ਕਿੰਨੇ ਤੋਲੇ ਹੋ ਸਕਦੇ? ਹਾਂਜੀ, 1.5 ਤੋਲੇ ਦਾ ਮੰਗਲ ਸੂਤਰ ਸੀਗਾ, ਅਤੇ 4-4 ਗ੍ਰਾਮ ਦੀਆਂ ਹਾਂਜੀ ਅੰਗੂਠੀਆਂ ਆਈਆਂ ਮੇਰੀਆਂ 2। ਹਾਂਜੀ, ਅਤੇ ਬਾਕੀ ਮੇਰੇ ਏਅਰਿੰਗ ਵਗੈਰਾ ਬਚ ਗਏ, ਕਿਉਂਕਿ ਮੈਂ ਚੁੰਨੀ ਲਵੇਟੀ ਸੀਗੀ ਨਾ ਮਤਲਬ ਇੱਦਾਂ ਮੂੰਹ ਨੂੰ, ਅਤੇ ਇਹ ਉਹਨਾਂ ਦੀ ਨਜ਼ਰ 'ਚ ਨਹੀਂ ਆਏ। ਅੱਛਾ, ਲੁਟੇਰੀਆਂ ਨਾਲ ਇੱਕ ਲੇਡੀਜ਼ ਵੀ ਸੀ? ਹਾਂਜੀ, ਇੱਕ ਲੇਡੀ ਵੀ ਸੀਗੇ। ਤੁਸੀਂ ਇਸ ਮਾਮਲੇ ਪੁਲਿਸ ਨੂੰ ਸ਼ਿਕਾਇਤ ਕਰਤੀ? ਹਾਂਜੀ, ਅਸੀਂ ਰਿਪੋਰਟ ਲਿਖਾਇਆ ਹੈ।
ਹਾਂਜੀ ਭਾਅ ਜੀ, ਇਹੀ ਹੈ ਜੋ ਸਾਡੇ ਨਾਲ ਹੋਇਆ ਨਾ, ਕਿਸੇ ਨਾਲ ਵੀ ਨਾ ਹੋਵੇ। ਤਾਂ ਦੂਸਰੀ ਗੱਲ ਹੈ ਕਿ ਚਲੋ ਜੇ ਸਾਡਾ ਸਮਾਨ ਮਿਲਦਾ ਤਾਂ ਸਾਨੂੰ ਵਾਪਸ ਦੇ ਦੇਣ, ਕਿਉਂਕਿ ਮੇਰਾ ਬੱਚਾ ਵੀ ਨਾਲ ਸੀਗਾ, ਜੇ ਉਹਨੂੰ ਕੁਛ ਕਰ ਜਾਂਦੇ ਤਾਂ ਫਿਰ ਕੀ ਕਰਨਾ ਸੀਗਾ ਅਸੀਂ। ਹਾਂਜੀ, ਉਹਨਾਂ ਨੇ ਖੋਣ ਦੀ ਕੋਸ਼ਿਸ਼ ਤਾਂ ਬੜੀ ਕੀਤੀ, ਪਰ ਚਲੋ ਜਾਨ ਬਚ ਗਈ, ਬੱਚਾ ਬਚ ਗਿਆ, ਹੋਰ ਕੀ ਚਾਹੀਦਾ ਸਾਨੂੰ। ਚਲੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ, ਪੁਲਿਸ ਤਾਂ ਰਿਪੋਰਟ ਲਿਖਾਈ ਅਸੀਂ।